ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਮੈਂ ਸੀਮਾ ਕਸ਼ਪ ਘੁੰਮ ਗਿਆ ਮੈਂ ਸਾਂਝਾ ਪੰਜਾਬ ਟੀਵੀ ਤੋਂ ਰਿਪੋਰਟਰ ਪਰਮਜੀਤ ਸਿੰਘ ਸੰਧਾ ਵਾਲ ਗਿਆ ਪਿੰਡ ਵੇਂਪੂਈ ਦੇ ਵਿੱਚ ਤਿੰਨ ਟੀਕੇ ਲਾਉਂਦੇ ਜੋ ਕਿ ਇੱਕ ਨਸ਼ਾਈ ਸਾਡੇ ਸਪੋਰਟਸ ਕਲੱਬ ਬਾਬਾ ਵੀਰ ਸਿੰਘ ਦੇ ਟੀਮ ਨੇ ਫੜੇ ਹੋਏ ਆ ਉਹ ਇਸ ਪਿੰਡ ਦੇ ਜੋ ਨਸ਼ਾ ਪਿੰਡ ਵੇਂਪੂਈ ਦੇ ਵਿੱਚ ਵੇਚਦੇ ਆ ਟੀਕੇ ਵੇਚਦੇ ਉਹਨਾਂ ਦਾ ਨਾਂ ਲੈ ਰਹੇ ਆ ਇਹ ਤੁਹਾਨੂੰ ਇਮਾਨਦਾਰੀ ਤੌਰ 'ਤੇ ਤੁਹਾਨੂੰ ਦੱਸਣਗੇ ਬਿਲਕੁਲ ਉਹਨਾਂ ਦਾ ਨਾਂ ਲੈ ਕੇ ਦੱਸਣਗੇ ਕਿਉਂਕਿ ਜੇ ਇਹ ਸਹੀ ਤਰੀਕੇ ਨਾਲ ਨਾਂ ਲੈਣਗੇ ਤਾਂ ਇਹਨਾਂ ਦਾ ਬਚਾਅ ਆਜੂਗਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਕਾਨੂੰਨੀ ਸ਼ਿਕੰਜੇ 'ਚ ਵੀ ਮਾਰ ਖਾਂਦੇ ਆ ਅਤੇ ਜਿਹੜੀ ਜਨਤਾ ਵਾ ਜਨਤਾ ਦੇ ਟੇਟੇ ਚੜ੍ਹ ਜੇ ਤਾਂ ਜਨਤਾ ਵੀ ਨਹੀਂ ਛੱਡਦੀ ਹੁੰਦੀ ਅੱਛਾ ਤੁਹਾਡਾ ਨਾਂ ਕੀ ਆ ਜੀ ਗੁਰਪ੍ਰੀਤ ਜੀ ਗੁਰਪ੍ਰੀਤ ਸਿੰਘ ਹਾਂਜੀ ਕਿਹੜਾ ਪਿੰਡ ਆ ਜਾਮਾ ਰਾਜ ਜੀ ਅਤੇ ਇੱਥੇ ਕੀ ਲੈਣਾ ਇਹ ਤੁਸੀਂ ਇੱਥੇ ਹੀ ਮੁੰਡੇ ਨੇ ਸੱਦਿਆ ਜੀ ਕੀ ਜਾਂਦਾ ਮੁੰਡਾ ਮੁੰਡਾ ਇਹਦੇ ਨਾਲ ਗੱਲ ਹੋਈ ਇਹਦੇ ਨਾਲ ਆਏ ਭਾਜੀ ਤੇਰੇ ਨਾਲ ਗੱਲ ਹੋਈ ਆ ਹਾਂਜੀ ਹੁਣ ਇਹਦੇ ਨਾਲ ਨਹੀਂ ਕਹਿਣਾ ਵੀ ਇਹਦੇ ਨਾਲ ਹੋਈ ਆ ਨਹੀਂ ਮੇਰੇ ਨਾਲ ਇਕੱਲੇ ਨਾਲ ਗੱਲ ਹੋਈ ਹੈ ਜੀ ਕੀ ਜਾਂਦਾ ਇਸ ਦਿਨ ਮੈਨੂੰ ਕਹਿੰਦਾ ਆ ਜਾ ਇਕੱਲਾ ਇੱਥੇ ਮੈਂ ਫੋਨ ਕੀਤਾ ਹੈ ਪਿੰਡੋਂ ਕਹਿੰਦਾ ਆ ਜਾ ਇੱਥੇ ਮੇਰੇ ਤੋਂ ਵਾਈ ਪੁਈ ਕੀ ਲੈਣਾ ਜਾ ਉਹ ਆਈ ਉਹ ਖਾਂਦੇ ਨਾਲ ਜਿਹੜਾ ਨਸ਼ਾ ਉਹ ਲੈਣ ਵਾਸਤੇ ਆਏ ਕਿਹੜਾ ਖਾਂਦੇ ਜੀ ਟੀਕੇ ਲਾਉਂਦੇ ਇਹ ਮਤਲਬ ਟੀਕੇ ਤੁਹਾਨੂੰ ਕਿਹੜੇ ਮੁੰਡੇ ਨੇ ਫੋਨ ਕੀਤਾ ਸੀ ਰੇਸ਼ਮ ਨੇ ਰੇਸ਼ਮ ਸਿੰਘ ਹਾਂਜੀ ਕਿਹੜੇ ਬਣੇ ਘਰ ਉਹਦਾ ਘਰ ਆਵੇ ਅਗਲੀ ਗਲੀ 'ਚ ਆ ਇੱਥੋਂ ਅਗਲੀ ਗਲੀ ਦੇ ਵਿੱਚ ਹਾਂਜੀ ਮੋੜ 'ਤੇ ਕਿੰਨੇ ਕੁ ਚਿਰ ਦੇ ਤੁਸੀਂ ਇੱਥੋਂ ਲੈਣ ਆਉਂਦੇ ਜੇ ਸਾਨੂੰ ਸਿਰਫ 2 ਕੁ ਦਿਨ ਹੋਏ ਆ ਬਾਕੀ ਇੰਨਾ ਪਹਿਲਾਂ ਨਹੀਂ ਇੱਥੋਂ ਲੈਂਦੇ ਰਹੇ ਪਹਿਲਾਂ ਕਿੱਥੋਂ ਲੈਂਦੇ ਰਹੇ ਜੀ ਪਹਿਲਾਂ ਇੱਧਰੋਂ ਟੋਟੀਆਂ ਦੇ ਲੈਂਦੇ ਰਹੇ ਟੋਟੀਆਂ ਦੇ ਕੌਣ ਵੇਚਦਾ ਸੀ ਉਹਦਾ ਨਾਂ ਦਾ ਨਹੀਂ ਪਤਾ ਭਾਅ ਜੀ ਆਪਾਂ ਨੂੰ ਇੱਦਾਂ ਹੀ ਫੋਨ 'ਤੇ ਗੱਲ ਹੋਈ ਇਹਦਾ ਨੰਬਰ ਤੁਹਾਨੂੰ ਕਿਹਨੇ ਦਿੱਤਾ ਸੀ ਇਹਦਾ ਨੰਬਰ ਇੱਦਾਂ ਇੱਕ ਦਿਨ ਆਏ ਮਿਲਿਆ ਸੀ ਰਾਜ 'ਤੇ ਇੱਦਾਂ ਮਿਲ ਗਿਆ ਕੀ ਕਹਿੰਦਾ ਸੀ ਆ ਜਾ ਕਰੋ ਮੇਰੇ ਕੋਲ ਹੈਗਾ ਮਾਲ ਹਾਂਜੀ ਅੱਛਾ ਤੇ ਤੁਸੀਂ ਮਤਲਬ ਅੱਜ ਤੋਂ 2 ਦਿਨ ਪਹਿਲਾਂ ਆਏ ਕਿੰਨੇ ਕਿੰਨੇ ਖੜੇ ਸੀ ਖੜਿਆ ਨਹੀਂ ਕੁਝ ਵੀ ਇੱਥੇ ਲਾ ਕੇ ਗਏ 100-100 ਦਾ ਬਸ ਅੱਜ ਉਹਨੇ ਤੁਹਾਨੂੰ ਦਿੱਤੇ ਸੀ ਨਹੀਂ ਅੱਜ ਨਹੀਂ ਦਿੱਤੇ ਅੱਜ ਉੱਤੋਂ ਲਾਉਣ ਲੱਗੇ ਸੀ ਉਸ ਤੋਂ ਫੜ ਲਿਆ ਮੁੰਡਿਆਂ ਨੇ 100-100 ਦਾ ਕੀ ਦਿੱਤਾ ਤੁਹਾਨੂੰ ਉਹਨੇ ਇਹ ਕਾ ਪੈ ਦਿੱਤਾ ਹੀ ਨਹੀਂ ਅੱਜ ਲਾਇਆ ਨਹੀਂ ਕੁਝ ਉਦੋਂ 100-100 ਦਾ ਕੀ ਦਿੱਤਾ ਸੀ ਤੁਹਾਨੂੰ ਉਹਨੇ ਉਹਦੇ ਟੀਕੇ ਦਿੱਤੇ ਟੀਕੇ ਹਾਂ ਵੀ ਤੂੰ ਵੀ ਦੱਸ ਹੁਣ ਹਾਂਜੀ ਭਾਜੀ ਮੈਂ ਦੱਸਤਾ ਜੋ ਕਿੰਨੇ ਕਿੰਨੇ ਲਾਏ ਹੁਣ ਤੁਸੀਂ ਭਾਈ ਕੋਈ ਉਹਨੇ ਲਾਏ ਨਹੀਂ ਹਾਲੇ ਭਾਜੀ ਤੇਰਾ ਪਿੰਡ ਕਿਹੜਾ ਵਾ ਸਾਡਾ ਵੀ ਜਾਮਾ ਰਾਜ ਜਾਮਾ ਰਾ ਪਹਿਲਾਂ ਤੁਸੀਂ ਟੋਟੀਆਂ ਤੋਂ ਲੈਂਦੇ ਸੀ ਹਾਂਜੀ ਹਾਂਜੀ ਉਹਦਾ ਨਾਂ ਕੀ ਟੋਟੀਆਂ ਵਾਲੇ ਦਾ ਉਹਦੇ ਨਾਂ ਦਾ ਤੇ ਪਤਾ ਨਹੀਂ ਇਦਾਂ ਹੀ ਮੁੰਡੇ ਜਾਂਦੇ ਲੈ ਆਉਂਦੇ ਉਹਦਾ ਫੋਨ ਨੰਬਰ ਹੈਗਾ ਤੁਹਾਡੇ ਕੋਲ ਉਸ ਇਹਦੇ ਮੁੰਡੇ ਦੇ ਫੋਨ ਉਹਦਾ ਫੋਨ ਨੰਬਰ ਹੈਗਾ ਤੁਹਾਡੇ ਕੋਲ ਨਹੀਂ ਉਹਦਾ ਨਹੀਂ ਭਾਈ ਨੰਬਰ ਨਹੀਂ ਘਰੇ ਟਿਕਾਣੇ ਦਾ ਪਤਾ ਨਹੀਂ ਆਹ ਪਿੰਡ ਦਾ ਤਾਂ ਦੱਸਤਾ ਉਹਨਾਂ ਨੇ ਉਹ ਟਿਕਾਣਾ ਬੜੀਆਂ ਜਿਹੜੀਆਂ ਪਿੰਡ ਵਿੱਚ ਉੱਥੇ ਬੈਠੇ ਹੁੰਦੇ ਕੇਵਲੇ ਸਟੇਡੀਅਮ ਵਿੱਚ ਉੱਥੋਂ ਲੈ ਆਈਦਾ ਸੀ ਕਦੀ ਘਰ ਨਹੀਂ ਦਿਖਾਇਆ ਉਹਨਾਂ ਨੇ ਤੁਸੀਂ ਕਦੋਂ ਕਦੇ ਆ ਇਹ ਕੰਮ ਕਰਨ ਦੇ ਜੇ ਇਹ 6 ਮਹੀਨੇ ਹੋ ਗਏ ਪਹਿਲਾਂ ਕੀ ਕਰਦੇ ਸੀ ਪਹਿਲਾਂ ਕੁਝ ਨਹੀਂ ਪਹਿਲਾਂ ਇੱਧਰ ਰਹਿੰਦੇ ਇਦਾਂ ਰਹਿੰਦੇ ਸੀ ਗੋਲੀਆਂ ਲੱਗਦੀਆਂ ਖਾਂਦੀਆਂ ਰਿਆ ਤੋਂ ਨਹੀਂ ਚੇ ਕਿੱਦਾਂ ਝੂਠਾ ਮਾਰਿਓ ਚੋਰੀ ਨਹੀਂ ਗੋਲੀਆਂ ਨਹੀਂ ਨਹੀਂ ਚੋਰੀਆਂ ਨਹੀਂ ਕਦੀ ਕੀਤੀਆਂ ਆਪਦੀ ਹੱਕ ਦੀ ਮਿਹਨਤ ਕੀਤੀ ਅੱਛਾ ਗੋਲੀਆਂ ਖਾਂਦੇ ਐ ਸਾਰ ਛੋਟੀ ਤੇ ਆਏ ਕਾਤੇ ਜੀ ਉਥੋਂ ਮੋਟਰਸਾਈਕਲ ਤੇ ਆਏ ਤੇ ਮੋਟਰਸਾਈਕਲ ਕਿੱਥੇ ਤੁਹਾਡਾ ਆਵੇ ਡੱਕਿਆ ਬਾਹਰ ਅੱਛਾ ਕਿਹੜਾ ਮੋਟਰਸਾਈਕਲ ਇਹਨਾਂ ਦਾ ਪਲਟੀਨਾ ਮੋਟਰਸਾਈਕਲ ਆ ਇਹ ਵੀ ਮੈਨੂੰ ਜਾਪਦਾ ਵੀ ਇਹਦਾ ਵੀ ਨੰਬਰ ਸੋਨੂੰ ਲੈ ਹਾਂ ਨੰਬਰ ਇਹਨਾਂ ਦਾ ਹੀ ਹੈ ਹਾਂ ਇਹਨਾਂ ਦਾ ਹੀ ਨੰਬਰ ਹੈ ਨਾ ਵੇਖ ਲਿਆ ਵਾਣਾ ਚਲੋ ਇਹ ਕਰ ਲਿਆ ਤੂੰ ਅੱਛਾ ਚਾਰ ਸ਼ਵੇਰੇ ਸੋਨੂੰ ਘੁਮਾ ਕਰੀ ਮੇਰਾ ਵੀਰ ਹੈ ਅੱਛਾ ਵੀਰ ਜੀ ਇਹ ਤਿੰਨੇ ਜਾਣੇ ਮੰਨ ਗਏ ਆ ਵੀ ਪਿੰਡ ਵੇਂਪੂਈ ਦੇ ਵਿੱਚੋਂ ਰੇਸ਼ਮ ਸਿੰਘ ਦਾ ਘਰ ਵਾ ਵੀ ਜਦੋਂ ਇੱਧਰੋਂ ਆਪਾਂ ਪਿੰਡ ਤੋਂ ਬਾਹਰ ਲਾਲਪੁਰੇ ਰੋਡ 'ਤੇ ਨਿਕਲਦੇ ਹਾਂ ਤਾਂ ਉਹਦੇ ਵਿੱਚ ਇੱਕ ਗਲੀ ਆਉਂਦੀ ਲਾਸਟ ਇੱਕ ਇੱਥੇ ਵੀ ਵੇਚਦੇ ਹੁੰਦੇ ਆ ਉੱਧਰ ਵੀ ਆਏ ਜੇ ਹਾਂ ਅੱਛਾ ਉਸੇ ਵੀ ਇਹਦਾ ਮਤਲਬ ਵੀ ਪਿੰਡ ਵੇਂਪੂਈ ਦੇ ਵਿੱਚ ਪੰਜਾਬ ਪੁਲਿਸ ਪ੍ਰਸ਼ਾਸਨ ਦਾ ਪੈਰਾ ਢਿੱਲਾ ਜੇ ਪੰਜਾਬ ਪੁਲਿਸ ਪ੍ਰਸ਼ਾਸਨ ਕੀ ਗੱਲ ਆ ਇੱਥੇ ਪਿੰਡ ਵੇਂਪੂਈ ਦੇ ਵਿੱਚ ਜੇ ਕਰੋਨਾ ਵਾਇਰਸ ਖਤਮ ਕਰ ਸਕਦੀ ਹੈ ਤਾਂ ਇਹ ਆਪਣਾ ਨਸ਼ਾ ਨਹੀਂ ਖਤਮ ਕਰ ਸਕਦੀ ਘੱਟੋ ਘੱਟ 200-300 ਬੰਦੇ ਦਾ ਇਕੱਠ ਹੋਵੇ ਅਤੇ 3 ਬੰਦੇ ਫੜੇ ਹੋਣ ਤਾਂ ਫਿਰ ਇਹਨਾਂ ਨੂੰ ਫੜ ਕੇ ਛੱਡ ਦੇਣ ਤਾਂ ਮਾੜੀ ਗੱਲ ਆ ਅੱਛਾ ਜਵਾਨੋ ਵੀ ਕਿੰਨੇ ਕੀਤਾ SHO ਸਾਹਿਬ ਨੂੰ ਫੋਨ ਕੀ ਕਹਿੰਦੇ ਕਿੱਥੇ ਆ ਗਿਆ ਬੂਹਾ ਖੋਲੋ ਕਿੱਥੇ ਆ ਗਏ ਕਿੱਥੇ ਆ ਬਿਲਕੁਲ ਸੱਚ ਦੱਸਣਾ ਠੀਕ ਹੈ ਨਾ ਆਹ ਪਿੰਡ ਵੇਂਪੂਈ ਦੇ ਵਿੱਚ ਜਾਮਾਰਾ ਤੋਂ ਟੀਕੇ ਲੈਣ ਆਏ ਰੇਸ਼ਮ ਸਿੰਘ ਦੇ ਘਰੋਂ ਰੇਸ਼ਮ ਸਿੰਘ ਪਿੰਡ ਵੇਂਪੂਈ ਦੇ ਵਿੱਚ ਲਾਲਪੁਰ ਰੋਡ 'ਤੇ ਘਰ ਉਹਦਾ ਬਹੁਤ ਹੀ ਮਾੜੀ ਗੱਲ ਆ ਕਰੋਨਾ ਵਾਇਰਸ ਵਿੱਚ ਰਾਜ ਨਾਕੇ ਲੱਗੇ ਆ ਨਾਕੇ ਤੁਹਾਨੂੰ ਰਾਹ ਦੇ ਵਿੱਚ ਜਦੋਂ ਜਾਮਾਰਾ ਤੋਂ ਆਏ ਤੁਹਾਨੂੰ ਰੱਖੋ
ਸਿਆਣੇ ਸਮਾਨ ਕੱਢੀ ਜਾਂਦੇ ਨਾ ਵੇਖਣਾ ਉਹਨਾਂ ਨੂੰ ਪਤਾ ਮੁੜ ਕੇ ਕੱਢਿਆ ਫੁੱਟ ਫਿਰਨੀ वीडियो बन रही है वीडियो चिमड़ के ताड़ा फिर उठाऊंगा भी देखो इन्हें कख नहीं क्या बाबा वीर सिंह स्पोर्ट्स क्लब के नौजवानों ने तीन बंदे फड़े आ स्पोर्ट्स क्लब जिन्होंने पिंड राशन भी लोड़वंदां नूं दित्ता सी उन्होंने ये जो कि बंदे जिहड़े तीन जने आ इन्हां नूं काबू किया टीके लाउंदा रेशम सिंह का नाम लिया इन्होंने अच्छा साहब भद्र ये मन तो गया सब कुछ तो इन दे जिहड़ी कारवाई आ वह तुसीं की करोगे देखो जी रिकवरी जो इन्हें कोई कुछ होंगी है तो आप परचा दे देने जे इन्होंने कोई नशा वगैरह किया टेस्ट करा लें ठीक है जी हाँ भाई दसो तुम टीके लाले ही लाने ही हजे लाने लगे तो पहला मुंडे ने तुम हजे लाने ही लगे लाया नहीं कुछ भी ठीक है लैके तो कोई और रेशम ने अजे लाने देने ही रेशम ने दिते नहीं कट के बहन लगे तो मुंडे नहीं देते ही फिर लै गया नाल आपके पग जेब लै गया ना भी काबू आता ही हाँ जी हाँ जी हूँ तुम ये भी टोटियां कितों लेंदे रहे जी टोटियां बाद स्टेडियम च खलोते होंगे मुंडे या इधरली मंडी है या मड़िया बहुत होंगे बस ना नहीं उन्होंने पता बाकी मड़िया से या एक दरगाह बाबे की जगह से उत्थे बहुत फोन करके जाते रहोगे नहीं उन्होंने सीधा दस्या कि कहते फोन नंबर अं रख दे नहीं आप पगड़वा जी पुलिस ताइ फोन नंबर नहीं रख दो जो उदो चल जी महाराज तो आए जी राह कोई पुलिस का नाका नहीं दिखा नहीं नाका नहीं कोई भी नहीं लगा है उधर नाका नहीं है कोई नाका नहीं लगा कह दी आई टुटके थानी आए तुम ऐ दी आए आप तुड़ा थानी आए शॉर्टकट मार गए ना शॉर्टकट अच्छा जी तुम इस अपना साहब बहादुर इन्हों कार्रवाई बनती है सर जिहड़ी भी कार्रवाई बनती होगी कर देंगे जी क्योंकि इस वे रिकवरी इन्हों को कोई नहीं हैगी जिहड़ी गल तुसीं सेवन की कीती टीके लाउण दी वो भी हुण वो आख रहे हैं भी टीके असीं लैन चले हाँ बयान ये टीके लिया ही नहीं लिया धड़ तो फिर ला गया नहीं लिया नहीं इतने आया उन्हें इतने फोन किया क्या इतने मैं ला देना तू खड़ नहीं देने तो ला नहीं लगे तो आप हाजी होनी तो आ गए तो फट लिया वाली गल है जी इन्होंने कानूनी कार्रवाई भला की अज अगे हूँ पढ़ना हूँ चलो क्योंकि सारे पता वा हूँ तो कार्रवाई करनी पड़नी है अपन हमें मैं सांझा पंजाब टीवी तो रिपोर्टर परमजीत सिंह संधा वाली वक्त लाया है खिजां वक्त से दिन और रात वक्त से कल और आज वक्त की हर शै गुलाम वक्त का हर शै पेराज वक्त से दिन और रात वक्त से कल और आज वक्त की हर शै गुलाम
वक्त का हर शै फेराज, वक्त की गर्दिश से है चांद तारों का निजाम, वक्त की गर्दिश से है चांद तारों का निजाम, वक्त की ठोकर में है क्या हुकूमत क्या समाज, क्या हुकूमत क्या समाज, वक्त से दिन और रात, वक्त से कल और आज, वक्त की हर शै गुलाम, वक्त का हर शै फेराज, वक्त की पाबंद है आती जाती रौनकें, वक्त की पाबंद है आती जाती रौनकें, वक्त है फूलों की सेज, वक्त है कांटों का ताज, वक्त है कांटों का ताज, वक्त से दिन और रात, वक्त से कल और आज, वक्त की हर शै गुलाम, वक्त का हर शै फेराज, आदमी को चाहिए वक्त से डर कर रहे, आदमी को चाहिए वक्त से डर कर रहे, कौन जाने किस घड़ी वक्त का बदले मिजाज, वक्त का बदले मिजाज, वक्त से दिन और रात, वक्त से कल और आज, वक्त की हर शै गुलाम, वक्त का हर शै फेराज।